ਕੀ ਕੋਈ ਗੈਰ ਪੇਸ਼ੇਵਰ ਪੁਲਾੜ ਦੇ ਵਿੱਚ ਤੁਰ ਸਕਦਾ ਹੈ? ਤੇ ਇਸ ਦਾ ਜਵਾਬ ਹਾਂ ਹੈ, ਕਿਉਂਕਿ ਪਹਿਲੀ ਵਾਰ ਅਜਿਹਾ ਹੋਇਆ। ਸਪੇਸ ਵਾਕ ਕੀਤੀ ਗਈ ਹੈ। ਇੱਕ ਖਰਬਪਤੀ ਨੇ ਆਪਣਾ ਪੈਸਾ ਖਰਚ ਕੇ ਪੁਲਾੜ ਦੀ ਸੈਰ ਕੀਤੀ ਹੈ। ਜਿਵੇਂ ਹੀ ਖਰਬਪਤੀ ਇਸਾਕ ਮੈਨ ਨੇ ਹੈਚ ਤੋਂ ਪੈਰ ਬਾਹਰ ਕੱਢਿਆ ਤਾਂ ਕੰਟਰੋਲ ਰੂਮ ਤਾੜੀਆਂ ਅਤੇ ਕਿਲਕਾਰੀਆਂ ਦੇ ਨਾਲ ਗੂੰਜ ਉੱਠਿਆ। ਇੱਕ ਖਰਬਪਤੀ ਅਤੇ ਇੰਜੀਨੀਅਰ ਨੇ ਪੁਲਾੜ ਦੇ ਵਿੱਚ ਸਭ ਤੋਂ ਖਤਰਨਾਕ ਸਰਗਰਮੀ ਯਾਨੀ ਕਿ ਪੁਲਾੜ ਦੇ ਵਿੱਚ ਵਾਕ ਕੀਤੀ ਹੈ। ਜਾਰੇਡ ਇਸਾਕ ਮੈਨ ਅਤੇ ਸਾਰਾ ਗਿਲਸ ਸਪੇਸ ਐਕਸ ਦੇ ਪੁਲਾੜ ਵਾਹਨ ਵਿੱਚੋਂ ਬਾਹਰ ਨਿਕਲੇ। ਵਿਸ਼ੇਸ਼ ਤੌਰ 'ਤੇ ਤਿਆਰ ਸੂਟ ਪਾ ਕੇ ਉਹ ਕਰੀਬ 15 ਮਿੰਟ ਵਾਹਨ ਤੋਂ ਦੂਰ ਰਹੇ। ਇਸਾਕ ਮੈਨ ਨੇ ਖੁਸ਼ੀ ਦੇ ਵਿੱਚ ਕਿਹਾ, ਪਿੱਛੇ ਘਰ ਦੇ ਵਿੱਚ ਸਾਡੇ ਕੋਲ ਕਰਨ ਲਈ ਬਹੁਤ ਕੰਮ ਹੁੰਦੇ ਹਨ, ਪਰ ਇੱਥੋਂ ਧਰਤੀ ਇੱਕ ਬਿਲਕੁਲ ਸਹੀ ਦੁਨੀਆ ਲੱਗਦੀ ਹੈ। ਇਸ ਤੋਂ ਪਹਿਲਾਂ ਸਿਰਫ ਸਰਕਾਰ ਦੁਆਰਾ ਫੰਡ ਪ੍ਰਾਪਤ ਪੁਲਾੜ ਏਜੰਸੀਆਂ ਵਾਲੇ ਪੁਲਾੜ ਯਾਤਰੀਆਂ ਨੇ ਹੀ ਸਪੇਸ ਵਾਕ ਕੀਤੀ ਸੀ, ਪਰ ਇਸ ਉਡਾਨ ਲਈ ਇਸਾਕ ਮੈਨ ਨੇ ਹੀ ਪੈਸੇ ਦਿੱਤੇ ਸਨ। ਤਸਵੀਰਾਂ ਦੇ ਵਿੱਚ ਦੇਖਿਆ ਗਿਆ ਕਿ ਦੋ ਜਣੇ ਚਿੱਟੇ ਡਰੈਗਨ ਕੈਪਸੂਲ ਦੇ ਵਿੱਚੋਂ ਨਿਕਲੇ ਅਤੇ ਧਰਤੀ ਤੋਂ 435 ਮੀਲ ਦੀ ਉਚਾਈ 'ਤੇ ਝੂਲਣ ਲੱਗੇ। ਪਹਿਲਾਂ ਇਸਾਕ ਮੈਨ ਬਾਹਰ ਆਏ, ਆਪਣੇ ਸੂਟ ਦੀ ਜਾਂਚ ਕਰਨ ਲਈ ਉਹਨਾਂ ਨੇ ਹੱਥ ਪੈਰ ਹਿਲਾਏ। ਜਦੋਂ ਉਹ ਹੈਚ ਦੇ ਅੰਦਰ ਵਾਪਸ ਆਏ ਤਾਂ ਸਪੇਸ ਐਕਸ ਦੇ ਮੁਲਾਜ਼ਮ ਗਿਲਸ ਬਾਹਰ ਨਿਕਲੇ। ਬਾਅਦ ਦੇ ਵਿੱਚ ਦੋਵਾਂ ਨੇ ਆਪਣੇ ਤਜਰਬੇ ਬਾਰੇ ਅਤੇ ਪੁਲਾੜੀ ਸੂਟ ਦੀ ਕਾਰਗੁਜ਼ਾਰੀ ਬਾਰੇ ਦੱਸਿਆ। ਹੁਣ ਇਹ ਜਾਣਨਾ ਵੀ ਅਹਿਮ ਹੈ ਕਿ ਸਭ ਤੋਂ ਪਹਿਲਾਂ ਸਪੇਸ ਵਾਕ ਕਦੋਂ ਹੋਈ ਸੀ। ਸ਼ੀਤ ਯੁੱਧ ਦੌਰਾਨ ਮੁਲਕਾਂ ਦਰਮਿਆਨ ਸਪੇਸ ਰੇਸ ਆਪਣੇ ਸਿਖਰ 'ਤੇ ਸੀ। ਉਦੋਂ ਸੋਵੀਅਤ ਯੂਨੀਅਨ ਨੇ ਸੰਯੁਕਤ ਰਾਜ ਨੂੰ ਕਈ ਮਹੱਤਵਪੂਰਨ ਮੀਲ ਪੱਥਰਾਂ 'ਤੇ ਪਛਾੜਿਆ। USSR ਨੇ ਪਹਿਲਾ ਉਪਗ੍ਰਹਿ ਸਪੂਤਨਿਕ 1 ਔਰਬਿਟ ਵਿੱਚ ਰੱਖਿਆ ਸੀ। ਪਹਿਲਾ ਥਨਤਾਰੀ ਜੀਵ ਔਰਬਿਟ ਵਿੱਚ ਭੇਜਿਆ ਗਿਆ ਅਤੇ ਫਿਰ 1961 ਦੇ ਵਿੱਚ ਪਹਿਲਾ ਮਨੁੱਖ ਵੀ। 18 ਮਾਰਚ 1965 ਨੂੰ USSR ਨੇ ਇੱਕ ਹੋਰ ਪੁਲਾਂਗ ਪੁੱਟੀ ਅਤੇ ਸਪੇਸ ਕਰਾਫਟ ਦੇ ਬਾਹਰ ਪਹਿਲੇ ਮਨੁੱਖ ਨੂੰ ਪੁਲਾੜ ਦੇ ਵਿੱਚ ਤੁਰਨ ਲਈ ਭੇਜਿਆ।